ਲੈਂਦੇ ਪੰਜਾਬ ਦੇ ਜ਼ਿਲ੍ਹਾ ਲਾਇਲਪਰ ਦੇ ਵਿੱਚ ਚੌਧਰੀ ਵਾਲਾ ਨਾਂ ਦੇ ਤਿੰਨ ਪਿੰਡ ਨੇ 106 ਰੇਬੇ ਚੌਧਰੀ ਵਾਲਾ 107 ਰੇਬੇ ਤੇ 108 ਰੇਬੇ ਚੌਧਰੀ ਵਾਲਾ ਜਦ ਸੰਦਲਬਾਰ ਬੰਨੀ ਗਈ ਇਹ ਤਿੰਨੇ ਪਿੰਡ ਉਸ ਵੇਲੇ ਦੇ ਆਬਾਦ ਨੇ ਇਹ ਤਿੰਨੇ ਪਿੰਡ ਜ਼ਿਲ੍ਹਾ ਲਾਇਲਪਰ ਫੈਸਲਾਬਾਦ ਦੀ ਤਹਿਸੀਲ ਜੜਾਂ ਵਾਲਾ ਦੇ ਵਿੱਚ ਆਂਦੇ ਨੇ ਇਹਨਾਂ ਤਿੰਨਾਂ ਪਿੰਡਾਂ ਨੂੰ ਮੇਨ ਦੋਰਾ ਲੱਗਦੇ ਨੇ ਇੱਕ ਰਾ ਇਹਨਾਂ ਪਿੰਡਾਂ ਨੂੰ ਫੈਸਲਾਬਾਦ ਤੋਂ ਲਾਹੌਰ ਸ਼ੇਖੂਪੁਰਾ ਰੋਡ ਤੇ ਦੂਜਾ ਰਾ ਖੁੱਲਿਆਂ ਵਾਲਾ ਤੋਂ ਜੜਾਣਾ ਮੱਕੂਆਣਾ ਰੋਡ ਉਧਰੋਂ ਦੀ ਲੱਗਦਾ ਹੈ ਇਹਨਾਂ ਪਿੰਡਾਂ ਦਾ ਨਾਂ ਚੌਧਰੀ ਵਾਲਾ ਐਸ ਕਰਕੇ ਪਿਆ ਕਿ ਇੱਥੇ ਚੌਧਰੀ ਖਾਨ ਬਹਾਦਰ ਪਟਵਾਰੀ ਦਾ ਰਕਬਾ ਸੀ ਜਦੋਂ ਬਰੇ ਸਗੀਰ ਦੇ ਵਿੱਚ ਅੰਗਰੇਜ਼ਾਂ ਦੀ ਹਕੂਮਤ ਸੀ ਉਦੋਂ ਚੌਧਰੀ ਖਾਨ ਬਹਾਦਰ ਪਟਵਾਰੀ ਸੀ ਉਹ ਐਸ ਇਲਾਕੇ ਦਾ ਰਹਿਣ ਵਾਲਾ ਸੀ ਥਾਣਾ ਖੁੱਲਿਆਂ ਵਾਲੇ 'ਚ ਉਹਦਾ ਇੱਕ ਨਾ ਚੱਲਦਾ ਸੀ ਇੱਥੇ ਦੇ ਰਹਿਣ ਵਾਲਿਆਂ ਦਾ ਪਿਛਲਾ ਚੜ੍ਹਦੇ ਪੰਜਾਬ 'ਚੇ ਪਿੰਡ ਵੀ ਚੌਧਰੀ ਵਾਲਾ ਹੀ ਸੀ ਜਿਹੜਾ ਕਿ ਚੜਦੇ ਪੰਜਾਬ ਦੀ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਆਂਦਾ ਹੈ ਅੱਜ ਮੈਂ ਤੁਹਾਨੂੰ ਚੌਧਰੀ ਵਾਲਾ ਨਾਂ ਦੀ ਆਬਾਦੀ 106 ਰੇਬੇ ਚੌਧਰੀ ਵਾਲਾ ਵਖਾਰਿਆਂ ਇਹ ਐਸ ਪਿੰਡ ਦੇ ਵਿੱਚ ਮਸਜਿਦ ਹੈ ਜਿਹੜੀ ਕਿ ਬਹੁਤ ਖੂਬਸੂਰਤ ਬਣਾਈ ਗਈ ਹੈ ਮਿਲ ਇੰਟਰ ਲੂਪ 5 ਵੀ 106 ਰੇਬੇ ਚੌਧਰੀ ਵਾਲਾ ਦੇ ਰਕਬੇ ਦੇ ਵਿੱਚ ਹੀ ਆਂਦੀ ਹੈ ਇਸ ਦੇ ਨਾਲ ਨਾਲ ਐਸ ਪਿੰਡ ਦੇ ਰਕਬੇ ਦੇ ਵਿੱਚ ਯੂਨੀਵਰਸਿਟੀ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਦਾ ਫੈਸਲਾਬਾਦ ਕੈਂਪਸ ਵੀ ਆ ਹੁਣ ਗੱਲ ਕਰਦੇ ਆ 106 ਰੇਬੇ ਚੌਧਰੀ ਵਾਲਾ ਦੇ ਗਵਾਂਡੀ ਪਿੰਡਾਂ ਦੀ ਇਸ ਤੇ ਗਵਾਂਡੀ ਪਿੰਡਾਂ ਦੇ ਵਿੱਚ ਪਿੰਡ 103 ਰੇਬੇ ਫਲਾਈ 75 ਲੋਕੇ 77 ਲੋਕੇ 194 ਲਾਠੀਆਂ ਵਾਲਾ ਪਿੰਡ 104 ਪਾਂਦੀਆਂ ਵਾਲਾ ਤੇ ਪਿੰਡ 107 ਚੌਧਰੀ ਵਾਲਾ 77 ਤੇ ਪਿੰਡ 108 ਰੇਬੇ ਆਂਦਾ ਏ ਸੰ 47 ਦੀਆਂ ਵੰਡਾਂ ਤੋਂ ਪਹਿਲਾਂ ਇਹ ਸਾਰੇ ਪਿੰਡ ਸਿੱਖਾਂ ਦੇ ਸੀ ਇੱਥੇ ਵੱਡੀ ਤعداد ਦੇ ਵਿੱਚ ਸਿੱਖ ਵਸਦੇ ਸੀ ਪਰ 106ਰੇ ਬੇ ਚੌਧਰੀ ਵਾਲਾ ਦੇ ਵਿੱਚ ਉਦੋਂ ਵੀ ਕੋਈ ਵੀ ਕਰ ਸਿੱਖਾਂ ਦਾ ਨਹੀਂ ਸੀ ਸਿਰਫ ਇੱਕ ਕਰ RAM ਖੱਤਰੀ ਦਾ ਸੀ ਹੁਣ ਗੱਲ ਕਰਦੇ ਆ ਪਿੰਡ 106ਰੇ ਬੇ ਚੌਧਰੀ ਵਾਲਾ ਦੇ ਵਿੱਚ ਬੈਠੀਆਂ ਬਰਾਦਰੀਆਂ ਤੇ ਉਹਨਾਂ ਦੇ ਪਿਛੋਖੜ ਦੀ 106ਰੇ ਬੇ ਚੌਧਰੀ ਵਾਲਾ ਦੇ ਵਿੱਚ ਪਹਿਲੇ ਨੰਬਰ ਤੇ ਜੱਟਾਂ ਦੀ ਗੋਤ ਗਾਦੜੀ ਜੱਟ ਬੈਠੀ ਹੋਈ ਹੈ ਜਿਹੜੇ ਕਿ ਸਾਰੇ ਦੇ ਸਾਰੇ ਬਾਰੀਏ ਨੇ ਚੜ੍ਹਦੇ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚੌਧਰੀਵਾਲਾ ਤੋਂ ਉੱਠ ਕੇ ਇੱਥੇ ਆਏ ਹੋਏ ਨੇ ਇੱਥੇ ਦੂਸਰੇ ਨੰਬਰ ਤੇ ਅਰਾਈ ਬਰਾਦਰੀ ਏ ਜਿਹੜੀ ਕਿ ਸialਕੋੜ ਤੋਂ ਉੱਠ ਕੇ ਆਈ ਏ ਤੇ ਤੀਜੇ ਨੰਬਰ ਤੇ 106 ਰੇਵੇ ਚੌਧਰੀਵਾਲਾ ਦੇ ਵਿੱਚ ਚੀਮਾ ਜਿਹੜੇ ਕਿ ਸialਕੋੜ ਦੇ ਨੇ ਸਾਲਕੋੜ ਦੀ ਚੀਮਾ ਬਰਾਦਰੀ ਬੈਠੀ ਹੋਈ ਹੈ ਤੇ ਬਾਕੀ ਇਸ ਪਿੰਡ ਦੇ ਵਿੱਚ ਕੁਝ ਗੈਰ ਕਾਸਕਰ ਘਰਾਨੇ ਵੀ ਬੈਠੇ ਹੋਏ ਨੇ 106 ਰੇਬੇ ਚੌਧਰੀ ਵਾਲਾ ਦਾ ਕੁੱਲ ਰਕਬਾ 85 ਮਰੱਬੇਆ ਇਸ ਪਿੰਡ ਨੂੰ ਤਿੰਨ ਮੋਗੇ ਲੱਗਦੇ ਨੇ ਇੱਥੇ ਦੋ ਸਰਕਾਰੀ ਸਕੂਲ ਤੇ ਦੋ ਹੀ ਮਸਜਿਦ ਨੇ ਇਸ ਤੋਂ ਇਲਾਵਾ ਪਿੰਡ ਦੇ ਵਿੱਚ ਇੱਕ ਮਦਰਿਸਾ ਤੇ ਦੋ ਦਰਬਾਰ ਵੀ ਨੇ ਇਸ ਪਿੰਡ ਦੇ ਵਿੱਚ Hazrat Baba Gul Shah ਦਾ ਦਰਬਾਰ ਹੈ ਜਿੱਥੇ ਸਾਲਾਨਾ ਵੱਡਾ ਮੇਲਾ ਲੱਗਦਾ ਹੈ ਦੂਰੋਂ ਦੂਰੋਂ ਬਾਬਾ ਜੀ ਦੇ ਮਰੀਦ ਅਕੀਦਤ ਵਾਸਤੇ ਆਉਂਦੇ ਨੇ ਤੇ ਕਬੱਡੀ ਦੇ ਤਗੜੇ ਇਵੈਂਟ ਆਰਗੇਨਾਈਜ਼ ਕਰਾਏ ਜਾਂਦੇ ਨੇ 106 ਰੇਬੇ ਚੌਧਰੀ ਵਾਲਾ ਦੇ ਵਿੱਚ ਸ਼ੁਰੂ ਤੋਂ ਹੀ ਦੋ ਲੰਬੜਦਾਰੀਆਂ ਨੇ ਤੇ ਦੋਵੇਂ ਜੱਟਾਂ ਗੋਲ ਨੇ ਇਸ ਪਿੰਡ ਦੀਆਂ ਪਹਿਲੀਆਂ ਲੰਬੜਦਾਰੀਆਂ ਹਾਜੀ ਰਫੀਕ ਖਲੀ ਤੇ ਚੌਧਰੀ ਫਰਮਾਨ अली ਨੰਬਰਦਾਰ ਸਾਬ ਕੋਲ ਸੀ ਹਾਜ਼ਰ ਨੰਬਰਦਾਰੀਆਂ ਦੀ ਗੱਲ ਕਰੀਏ ਤੇ ਇਸ ਪਿੰਡ ਦੀ ਹਾਜ਼ਰ ਨੰਬਰਦਾਰੀ ਦਾ ਨਿਜ਼ਾਮ ਚੌਧਰੀ ਫਰਖ ਸ਼ਫੀਕ ਐਡਵੋਕੇਟ ਚੇਅਰਮੈਨ ਤੇ ਦੂਜੀ ਨੰਬਰਦਾਰੀ ਚੌਧਰੀ ਅਹਿਮਦ ਨਸੀਰ ਨੰਬਰਦਾਰ ਸਾਬ ਸੰਭਾਲਦੇ ਨੇ ਹੁਣ ਗੱਲ ਕਰਦੇ ਆ ਇੱਥੋਂ ਦੇ ਵੜਕਿਆਂ ਤੇ ਵੱਡੇ ਬਜ਼ੁਰਗਾਂ ਦੀ ਜਿਨ੍ਹਾਂ ਦੀਆਂ ਗਾਂ ਆਲਾ ਓਲਾਦਾ ਇਸ ਪਿੰਡ ਦੇ ਵਿੱਚ ਬੈਠੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਨਾ ਆਂਦਾ ਬਾਬਾ ਗੋਰ ਬਾਬਾ ਦੀਨ ਮੁਹੰਮਦ, ਬਾਬਾ ਹਸਨਾ, ਬਾਬਾ ਅਲੀ ਮੁਹੰਮਦ ਸ਼ਫੀ ਚੀਮਾ, ਬਾਬਾ ਲਾਲਦੀਨ ਤੇ ਬਾਬਾ ਗੁਲਾਮ ਮੁਹੰਮਦ ਮਲਕ ਸਾਹਬ ਦਾ ਹੁਣ ਗੱਲ ਕਰਦੇ ਆ 106 ਰੇਬੇ ਚੌਧਰੀ ਵਾਲਾ ਦੀਆਂ ਸਿਆਸੀ, ਸਮਾਜੀ, ਸਰਕਾਰੀ ਤੇ ਖੇਡਾਂ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ ਦੀ ਸਰਕਾਰੀ ਸ਼ਖਸੀਅਤ ਦੀ ਗੱਲ ਕਰੀਏ ਤੇ ਚੌਧਰੀ ਆਮਰ ਵਸੀਮ ਬਰਗੇਡੀਅਰ ਹੋਏ ਨੇ ਚੌਧਰੀ ਮੁਹੰਮਦ ਗੁਲਾਮ ਸਰਵਰ ਇੱਥੋਂ ਦੇ ਕਰਨਲ ਹੋਏ ਨੇ ਚੌਧਰੀ ਸ਼ੌਕਤ ਥਾਣੇਦਾਰ ਹੋਏ ਨੇ ਸਿਆਸੀ ਸਮਾਜੀ ਸ਼ਖਸੀਅਤ ਦੀ ਗੱਲ ਕਰੀਏ ਤੇ ਚੌਧਰੀ ਮੁਹੰਮਦ ਅਸਲਮ ਚੌਧਰੀ ਫਰਕ ਸ਼ਫੀਕ ਐਡਵੋਕੇਟ ਦਨਾ ਜੱਟ ਤਰਕ ਚੀਮਾ ਅਮਰ ਜੱਟ ਵਸੀਮ ਜੱਟ ਲਾਲਾ ਉਮਰ ਹਯਾਤ ਜੱਟ ਤੇ ਚੌਰੀ ਸਾਖਬ ਜੱਟ ਸਾਡਾ ਭਰਾ ਹਰ ਸਾਲ ਬਾਬਾ ਗੁਲਸ਼ਾਹ ਦੇ ਮੇਲੇ ਤੇ ਤਗੜਾ ਕਬੱਡੀ ਕੱਬ ਕਰਾਂਦਾ ਹੈ ਕਬੱਡੀ ਪਲੇਅਰਾਂ ਦੀ ਗੱਲ ਕਰੀਏ ਤੇ ਨਜ਼ੀਰ ਚੀਮਾ ਤੇ ਰਹਿਮਤ ਪਲਵਾਨ ਪਹਿਲੇ ਦੌਰਾਂ ਦੇ ਤਗੜੇ ਕਬੱਡੀ ਖਿਡਾਰੀ ਹੋਏ ਨੇ ਇਸ ਟਾਈਮ ਦੀ ਗੱਲ ਕਰੀਏ ਤੇ ਬੱbbi ਜੱਟ ਕਬੱਡੀ ਪਲੇਅਰ ਤਮੂਰ ਜੱਟ ਤੇ ਅਬਦੁੱਲਾ ਗਿੱਲ ਇਸ ਪਿੰਡ ਦੇ ਤਗੜੇ ਕਬੱਡੀ ਖਿਡਾਰੀ ਨੇ ਬਹੁਤ ਸ਼ੁਕਰੀਆ ਸਾਰੇ ਪਿੰਡ ਵਾਲਿਆਂ ਦਾ ਬਹੁਤ ਵਧੀਆ ਲੱਗਾ ਪਿੰਡ ਵੱਡਾ ਸਾਰੇ ਭਰਾ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਪਿੰਡ 106 ਰੇਵੇ ਚੌਧਰੀ ਵਾਲਾ ਉੱਥੇ ਤਾਂ ਬਜ਼ੁਰਗਾਂ ਕੋ ਬੈਠੇ ਆ ਪਿੰਡ ਬਾਰੇ ਗੱਲਬਾਤ ਕਰਦੇ ਆ ਸਾਡਾ ਪਿੰਡ ਜੀ ਪਾਕਿਸਤਾਨ ਹਿੰਦੁਸਤਾਨ ਬਣਨ ਤੋਂ ਪਹਿਲਾਂ ਨਾ 35 ਸਾਲ ਸਾਡੇ ਵੱਡੇ ਇੱਥੇ ਆਏ ਇਹ ਬਾਹਰ ਦੇ ਵੇਲੇ ਦੇ 1947 ਤੋਂ 35 ਸਾਲ ਪਹਿਲਾਂ ਦੇ ਸਾਡੇ 47 ਤੋਂ 35 ਸਾਲ ਪਹਿਲਾਂ ਆਏ ਨੇ ਅੱਛਾ ਉਸ ਤੋਂ ਬਾਅਦ ਪਾਕਿਸਤਾਨ ਤੇ ਇੰਡੀਆ ਵੱਖਰੇ ਮੁਲਕ ਦੋਵੇਂ علیحدਾ ਹੋ ਗਿਆ ਅੱਛਾ ਤੁਹਾਡੇ ਵੜਕਿਆਂ ਦਾ ਪਿਛਲਾ ਪਿੰਡ ਕਿਹੜਾ ਸੀ ਸਾਡਿਆਂ ਵੜਕਿਆਂ ਦਾ ਪਿਛਲਾ ਪਿੰਡ ਵੀ ਚੌੜੀ ਆਲਾ ਸੀ ਇਹ ਪਿਛੋਂ ਚੌਧਰੀ ਆਲਾ ਤਹਿਸੀਲ ਜਿਲ੍ਹਾ ਕਿਹੜਾ ਹੈ ਗਰਦਾਸਪੁਰ ਤਹਿਸੀਲ ਜ਼ਿਲ੍ਹਾ ਗਰਦਾਸਪੁਰ ਸੀ ਤਹਿਸੀਲ ਮੇਰਾ ਖਿਆਲ ਜਿਵੇਂ ਬਟਾਲਾ ਸੀ ਆਹ ਲਾਗੇ ਸਤ ਚੱਕ ਵੀ ਸਿੱਖਾਂ ਦਾ ਹੀ ਪਰ ਸਾਡੇ 7 ਵਾ ਉਹ ਵੀ ਸਿੱਖਾਂ ਦਾ ਪਿੰਡ ਸੀ ਫਲਾਈ ਸਿੱਖਾਂ ਦਾ ਪਿੰਡ ਸੀ ਲੋਕੇ ਸਿੱਖਾਂ ਦਾ ਪਿੰਡ ਸੀ ਆ ਸਿਆਲ ਵਾਲਾ ਸਿੱਖਾਂ ਦਾ ਮਤਲਬ ਚਾਰ ਚਫੇਰੇ ਆਸੇ ਪਾਸੇ ਤੁਹਾਡੇ ਸਾਰੇ ਪਿੰਡ ਸਿੱਖਾਂ ਦੇ ਸਾਡੇ ਸਿੱਖ ਸਨ ਇੱਕ ਪਾਂਦੀਆਂ ਵਾਲਾ ਪਿੰਡ ਇਹ ਮੁਸਲਮਾਨਾਂ ਦਾ ਹੀ ਇੱਕ ਚੌਰੀ ਵਾਲਾ ਪਿੰਡ ਜਿਹੜਾ ਇਹ ਮੁਸਲਮਾਨਾਂ ਦਾ ਹੈ ਤੁਹਾਡੇ ਇੱਥੇ ਸਿੱਖ ਕੋਈ ਨਹੀਂ ਸੀ ਇਹ ਤੁਹਾਡੇ ਨਹੀਂ ਸਾਡੇ ਪਿੰਡ 'ਚ ਸਿੱਖ ਕੋਈ ਨਹੀਂ ਸੀ ਸਾਡੇ ਪਿੰਡ 'ਚ ਇੱਕ ਖੱਤਰੀ ਹੀ ਰਾਮ ਅੱਛਾ